ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਚੌਥੀ ਜਮਾਤ ਦੇ ਜਿੰਨੇ ਵੀ ਬੱਚੇ ਨੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਇਸ ਪੰਜਾਬੀ ਵਿਸ਼ੇ ਦੇ ਵੀਡੀਓ ਵਿੱਚ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਬੇਟਾ, ਅਸੀਂ ਪਾਠ ਈਦ ਪੜ੍ਹ ਚੁੱਕੇ ਹਾਂ ਪਿਛਲੇ ਵੀਡੀਓ ਦੇ ਵਿੱਚ, ਔਰ ਨਾਲ ਦੀ ਨਾਲ ਹੀ ਉਹਦੇ ਪ੍ਰਸ਼ਨ ਉੱਤਰ ਵੀ ਕਰ ਚੁੱਕੇ ਹਾਂ, ਖਾਲੀ ਥਾਵਾਂ ਵੀ ਕਰ ਚੁੱਕੇ ਹਾਂ। ਸੋ ਜਿੰਨੇ ਵੀ ਅਧਿਆਪਕ ਸਾਥੀ ਜੁੜੇ ਨੇ, ਮਾਪੇ ਸਾਹਿਬਾਨ ਇਸ ਵੀਡੀਓ ਨੂੰ ਦੇਖ ਰਹੇ ਨੇ, ਬੱਚਿਆਂ ਦੇ ਵੱਡੇ ਭੈਣ ਭਰਾ, ਉਹਨਾਂ ਸਾਰਿਆਂ ਦਾ ਸਵਾਗਤ ਕਰਦੇ ਹੋਏ ਬੇਨਤੀ ਕਰਾਂਗਾ ਅਧਿਆਪਕ ਸਾਥੀਆਂ ਨੂੰ ਕਿ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ, ਤਾਂ ਕਿ ਬੱਚਿਆਂ ਦੇ ਸੰਬੰਧ ਵਿੱਚ ਜਿਹੜੇ ਇਹ ਵੀਡੀਓ ਬਣਾਏ ਜਾ ਰਹੇ ਨੇ ਉਹਨਾਂ ਤੱਕ ਪੁੱਜਦੇ ਹੋ ਸਕਣ, ਉਹਨਾਂ ਦੇ ਟੈਸਟਾਂ ਦੀ ਤਿਆਰੀ ਹੋ ਸਕੇ ਜਿਹੜੇ ਕਿ ਮੌਕ ਟੈਸਟ ਸਤੰਬਰ ਅਕਤੂਬਰ ਨਵੰਬਰ 'ਚ ਲਏ ਜਾ ਰਹੇ ਨੇ। ਸੋ ਇਸ ਬੇਨਤੀ ਨੂੰ ਪ੍ਰਵਾਨ ਕਰਿਓ, ਔਰ ਚਲੋ ਬੱਚਿਓ ਸ਼ੁਰੂ ਕਰਦੇ ਹਾਂ ਪਾਠ ਈਦ ਦੇ ਵਿੱਚ। ਅੱਜ ਅਸੀਂ ਅਗਲਾ ਪਾਠ ਜਿਹੜਾ ਅਭਿਆਸ ਦਾ ਉਹ ਕਰਨ ਜਾ ਰਹੇ ਹਾਂ, ਉਹ ਹੈ ਸਾਡੇ ਕੋਲ ਵਚਨ ਬਦਲੋ। ਵਚਨ ਬਦਲੇ ਬਦਲੋ ਬੜੇ ਸੌਖੇ ਹੁੰਦੇ ਨੇ, ਤੁਹਾਨੂੰ ਪਤਾ ਹੀ ਹੈ ਬੇਟਾ, ਇੱਕ ਵਚਨ ਤੋਂ ਬਹੁ ਵਚਨ ਬਣਾਉਣਾ ਹੁੰਦਾ ਹੈ, ਇੱਕ ਵਸਤੂ ਤੋਂ ਜ਼ਿਆਦਾ ਵਸਤੂਆਂ ਦਾ ਨਿਰਮਾਣ ਕਰਨਾ ਹੁੰਦਾ ਹੈ, ਬਣਾਉਣੀਆਂ ਹੁੰਦੀਆਂ ਨੇ, ਔਰ ਜ਼ਿਆਦਾਤਰ ਇਹ ਲਾਂ ਲੱਗ ਕੇ ਅਤੇ ਐੜੇ ਨਾ ਕੰਨਾਂ ਉੱਤੇ ਬਿੰਦੀ ਲੱਗ ਕੇ ਹੀ ਬਣਦੇ ਨੇ। ਸੋ ਜਦੋਂ ਤੁਸੀਂ ਬਣਾਓਗੇ ਤਾਂ ਤੁਹਾਨੂੰ ਅਭਿਆਸ ਹੋਏਗਾ, ਚੰਗਾ ਵੀ ਲੱਗੇਗਾ। ਸੋ ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਹੈ ਬੱਚਾ ਬੱਚੇ, ਉਹ ਸਾਡੇ ਵਾਸਤੇ ਉਹਨਾਂ ਨੇ ਪਹਿਲਾਂ ਹੀ ਬਣਾ ਕੇ ਸਾਨੂੰ ਦਿੱਤਾ ਹੋਇਆ, ਠੀਕ ਹੈ। ਉਸ ਤੋਂ ਅਗਲਾ ਹੈ ਸਾਡੇ ਕੋਲ ਝੂਲਾ, ਝੂਲੇ ਤੋਂ ਕੋਈ ਬਣੇਗਾ, ਝੂਲੇ। ਠੀਕ ਹੈ ਬੇਟਾ। ਤੀਸਰਾ ਹੈ ਰੋਜ਼ਾ, ਰੋਜ਼ਾ ਤੋਂ ਕੀ ਬਣੇਗਾ, ਰੋਜ਼ੇ। ਅੱਗੇ ਚੱਲਦੇ ਹਾਂ, ਤੁਸੀਂ ਪਹਿਲਾਂ ਨੋਟ ਕਰ ਲਓ ਕਿਉਂਕਿ ਸਕਰੀਨ ਆਫ ਹੋ ਜਾਏਗੀ, ਜਿਹੜਾ ਲਿਖਿਆ ਸਾਰਾ ਮਿਟ ਜਾਏਗਾ। ਛੇਵਾਂ ਹੈ ਕੁੜਤਾ, ਕੁੜਤੇ ਤੋਂ ਕੀ ਬਣੇਗਾ, ਕੁੜਤੇ। ਸਾਡੇ ਕੋਲ ਮਹੀਨਾ, ਮਹੀਨਾ ਬਣੇਗਾ, ਮਹੀਨੇ। ਇਹ ਬੇਟਾ ਤੁਹਾਡੀ ਅਭਿਆਸ ਹੈ, ਸਾਰੇ ਬੱਚਿਆਂ ਨੇ ਮਹੀਨੇ। ਅੱਗੇ ਹੈ ਮੇਲਾ, ਮੇਲਾ ਤੋਂ ਬਣਾਓ ਕੀ ਬਣੇਗਾ, ਮੇਲੇ। ਪਜਾਮੇ। ਨੱਚ ਨੱਚ
सारे बच्चे कृपा करके नोट कर लो। और ये है कि शब्द दिए गए ने हुण ही सारे रल के जिहड़ा है इस तो वाक बनावांगे, सिंपल ते सौखे वाक बनाउण दी कोशिश करांगे। कोशिश करांगे कि जिहड़े वाक पाठ विच ने ओह ना बनाए जाण, अपने कोलों वाक बनाए जाण। सो चलो कोशिश करदे हां। पहला शब्द है त्यौहार। सो ये बड़ा सौखा ही इहदा वाक बन जाएगा। भारत त्यौहारां दा देश है। नोट कर लो बेटा, फिर अगला वाक लिखते हैं। अगला है खुदा। ठीक है, मैं नाल नाल लिख रहा हैं, ये ना समझो कि मैं अगले वाकों में लिख रहा हैं, क्योंकि मेरे वाक स्क्रीन पर पूरा नहीं आएगा। तुसीं एक सिंपल एक लाइन च लिखना है, खुदा दे अगे ही सारा लिखना है। खुदा का शब्द लिखा हुआ अगे सारा लिखना है, तुसीं दोबारा अगे नहीं लिखना। मैं इस करके लिख रहा क्योंकि मेरा पूरा नहीं आ रहा। असीं सारे रल के खुदा दी इबादत, इबादत होंगी बेटा बंदगी, सिर झुकाना, वह नाम लेना। ठीक है, क्योंकि पाठ ईद है, वो उर्दू के शब्द शामिल ने, इस करके आप उस तरीके लिखा। असी सारे रल के खुदा दी। अगला है मुबारकबाद। वीडियो नूं पाउज करके तुसीं रोक के लिख सकदे हो। क्या बेटा, ये सारे वाक हो गए। नैक्सट आ, इस पाठ विच लिखे शब्द आए हैं, इन्हां नूं समझो। चलो समझते हैं, यह लिख लो। पहला, मुसलमानां दा एक त्यौहार जो रोज़ां पिछों आउंदा है उसनों की कहिंदे ने, ईद कहिंदे आ। बेटा रोज़ां तो बाद ये त्यौहार आउंदा है उसनों ईद कहिंदे आ। वह महीना जिस विच मुसलमान रोज़े रखते हैं उसनों की कहिंदे आ, रमज़ान का महीना जां रमज़ान। वर्त जो मुसलमान धार्मिक फर्ज समझ के निभाते हैं उसनों की कहिंदे आ, रोज़ा। ठीक है, ये समझने वाली गल है। तीन शब्द तीन तरह समझ लो कि इहदा मीनिंग की है। अगे चलते हैं। अगे साढ़े को बेटा, साढ़े को कुछ शब्द आए ने साढ़े इस ईद पाठ के विच।
ਉਹਨਾਂ ਸ਼ਬਦਾਂ ਨੂੰ ਧਿਆਨ ਨਾਲ ਸਮਝੋ ਜਿਸ ਤਰ੍ਹਾਂ ਕੁੜਤਾ ਪਜਾਮਾ ਹੈ, ਉਹ ਇਕੱਠੇ ਸ਼ਬਦ ਆਏ ਹਨ ਵਿੱਚ ਹਾਈਫਨ, ਜਿਹਨੂੰ ਆਪਾਂ ਡੰਡੀ ਕਹਿੰਦੇ ਹਾਂ, ਉਹ ਡੰਡੀ ਡਾ ਪਾ ਕੇ ਇਹਨੂੰ ਆਪਾਂ ਜੋੜਨੀ ਵੀ ਕਹਿੰਦੇ ਹਾਂ, ਇਹ ਸ਼ਬਦ ਨੂੰ ਸ਼ਬਦਾਂ ਨੂੰ ਜੋੜਦੀ ਹੈ। ਕੁੜਤਾ ਅਤੇ ਪਜਾਮਾ, ਪਜਾਮਾ ਕੁੜਤਾ ਇਕੱਠੇ ਹੁੰਦੇ ਆ, ਠੀਕ ਹੈ। ਸੋ ਇਸੇ ਤਰ੍ਹਾਂ ਹੀ ਇਸ ਜੋੜ ਨੂੰ ਵਿੱਚ ਪਾ ਕੇ ਜਿਹੜੇ ਸ਼ਬਦ ਬਣੇ ਨੇ ਉਹ ਲੱਭਾਂਗੇ। ਸੋ ਆਪਣੀ ਬੁੱਕ 'ਚ ਪਾਠ ਈ ਕੱਢ ਲਓ, ਔਰ ਉਹਦੇ ਵਿੱਚ ਕਿਉਂਕਿ ਮੈਂ ਪਹਿਲਾਂ ਹੀ ਇਹ ਸ਼ਬਦ ਕੱਢ ਕੇ ਤੁਹਾਡੇ ਵਾਸਤੇ ਰੱਖੇ ਨੇ, ਮੈਂ ਲਿਖ ਦੇਣੇ ਨੇ, ਤੁਸੀਂ ਆਪਣੇ ਉਹਨਾਂ ਈਦ ਪਾਠ 'ਚੋਂ ਤੁਸੀਂ ਇਹ ਸ਼ਬਦ ਲੱਭ ਸਕਦੇ ਬੜੇ ਆਸਾਨੀ ਨਾਲ। ਪਹਿਲਾ ਸ਼ਬਦ ਹੈ ਧੂਮ ਧਾਮ, ਇਹ ਬੇਟਾ ਤੁਹਾਨੂੰ ਇਸ ਕਰਕੇ ਲਿਖਾ ਰਿਹਾ ਹਾਂ ਕਿਉਂਕਿ ਤੁਹਾਡੀ ਬੁੱਕ 'ਤੇ ਲਿਖੇ ਹੋਏ ਬਹੁਤ ਜ਼ਰੂਰੀ ਨੇ, ਤਾਂ ਕਿ ਤੁਹਾਨੂੰ ਜੁੜ ਕੇ ਬਣਦੇ ਨੇ ਉਹ ਕਿਹੜੇ ਕਿਹੜੇ ਨੇ। ਉਸ ਤੋਂ ਅੱਗੇ ਔਰ ਇੱਕ ਸ਼ਬਦ ਹੋਰ ਹੈ ਖੁਸ਼ੀ, ਖੁਸ਼ੀ ਪੇਜ ਨੰਬਰ 62 ਹੈ ਬੇਟਾ, ਉਹ ਕੱਢ ਲਓ।